ਸ਼ਾਹਕੋਟ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਦਾਅਵਾ ਕਰਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੋਈ ਹੈ। ਪਰ ਕਾਂਗਰਸ ਦਾ ਇਹ ਦਾਅਵਾ ਕਿੰਨਾ ਕੁ ਸੱਚਾ ਹੈ ਇਸ ਦਾ ਅੰਦਾਜ਼ਾ ਤੁਸੀਂ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਖਬਰਾਂ ਸੁਣ ਕੇ ਲਾ ਸਕਦੇ ਹੋ। ਇੱਕ ਹੋਰ ਮਾਮਲਾ ਰਾਜਪੁਰਾ ਦੇ ਪਿੰਡ ਗੋਪਾਲਪੁਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਿਸਾਨ ਨੇ ਕਰਜ਼ੇ ਕਾਰਨ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ। ਥਾਣਾ ਖੇੜੀ ਗੰਢਿਆਂ ਦੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਕਿਸਾਨ ਜਸਵੰਤ ਸਿੰਘ ਦੇ ਸਿਰ ਉੱਤੇ ਕਰੀਬ 4.5 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਇਸੇ ਪਰੇਸ਼ਾਨੀ ਕਾਰਨ ਮੌਤ ਦਾ ਰਾਹ ਚੁਣਿਆ। ਜੀ, ਮੈਂ ਇਸ ਜਸਵੰਤ ਸਿੰਘ ਮਰਨ ਵਾਲੇ ਦਾ ਸਹੁਰਾ ਹਾਂ ਜੀ। ਮੇਰਾ ਪਿੰਡ ਸ਼ਾਜਲੀ ਹੈ ਅਤੇ ਮੈਂ ਇਹਨਾਂ ਦੀ ਇੰਨੀ ਮਾੜੀ ਤਰਸ ਹਾਲਤ ਵੇਖ ਕੇ ਬਹੁਤ ਦੁਖੀ ਹਾਂ। ਇਹ ਛੋਟੇ ਛੋਟੇ ਬੱਚੇ ਨੇ, ਹਾਂਜੀ, ਇਹ ਛੋਟੇ ਛੋਟੇ ਬੱਚੇ ਛੱਡ ਗਿਆ ਜੀ। ਇਹ 'ਤੇ ਕਰਜ਼ਾ ਇੰਨਾ ਚੜ੍ਹ ਗਿਆ ਸੀ, ਲਾ ਨਹੀਂ ਸੀ ਸਕਦਾ। ਇਸ ਕਰਕੇ ਮੈਂ ਸਰਕਾਰ ਕੋਲ ਮੰਗ ਕਰਨਾ ਇਹਨਾਂ ਬੱਚਿਆਂ ਵਾਸਤੇ ਕੁਛ ਸਹਾਇਤਾ ਕੀਤੀ ਜਾਵੇ। ਇਹ ਕਿਹੜੀ ਤਰੀਕ ਦਾ ਵਾਕਵਾ ਜੀ? ਇਹ ਜੀ 23 ਤਰੀਕ ਦਾ ਜੀ, 22 ਤਰੀਕ ਦਾ ਜੀ। ਫਿਰ ਤੁਹਾਨੂੰ ਕਿਵੇਂ ਕੀ ਪਤਾ ਲੱਗਿਆ ਫਿਰ ਤੁਹਾਨੂੂੰ ਸਾਨੂੰ? ਮੈਨੂੰ ਤਾਂ ਜੀ ਫੋਨ ਆਇਆ ਸੀ, ਮੈਂ ਆਪਣੇ ਪਿੰਡ ਤੋਂ ਫਿਰ ਇਹਨਾਂ ਦੇ ਕੋਲ ਆਇਆ ਜੀ। ਅੱਛਾ, ਉਸ ਤੋਂ ਬਾਅਦ ਫਿਰ ਸਰ ਕੀ? ਇਹਨਾਂ ਕੋਲ ਕੋਈ ਪੈਸਾ ਨਹੀਂ ਸੀ ਲਿਜਾਣ ਵਾਸਤੇ, ਤਾਂ ਮੈਂ ਪੈਸੇ ਲੈ ਕੇ ਉੱਥੋਂ ਆਇਆ ਅਤੇ ਉਹ ਪੈਸੇ ਤੋਂ ਕਰਕੇ ਇਹਦੀ ਮੌਤ ਹੋ ਗਈ। ਹਸਪਤਾਲ ਨਹੀਂ ਟਾਈਮ ਸਿਰ ਜਾਇਆ ਗਿਆ। ਹੁਣ ਕੀ ਆਪਾਂ ਕੀ ਮੰਗ ਕਰਦੇ ਹਾਂ ਵੀ ਕੀ ਅਜਿਹਾ ਰੀਜ਼ਨ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਛੋਟੇ ਛੋਟੇ ਬੱਚਿਆਂ ਵਾਸਤੇ ਸਹਾਇਤਾ ਕੀਤੀ ਜਾਵੇ। ਇੱਦਾਂ ਵੀ 22 ਤਰੀਕ ਨੂੰ ਸਾਨੂੰ ਇੱਕ ਮੈਸੇਜ ਆਇਆ ਸੀ ਰਜਿੰਦਰ ਹਸਪਤਾਲ ਤੋਂ, ਹਾਂਜੀ, ਵੀ ਜਸਵੰਤ ਸਿੰਘ ਵੀ ਦਵਾਈ ਖਾਣ ਕਰਕੇ ਦਾਖਲ। ਜੋ ਅਸੀਂ ਉੱਥੇ ਗਏ ਤਾਂ ਉਹ ICU 'ਚ ਅਸੀਂ ਅਨਫਿਟ ਡਾਕਟਰ ਸਾਹਿਬ ਲਿਖਤਾ ਜੀ। ਦਵਾਈ ਕਿਹੜੀ ਦਵਾਈ? ਮਤਲਬ ਦਵਾਈ ਉਹ ਕੀੜੇ ਮਾਰ ਦਵਾਈ ਦੱਸਿਆ ਜੀ, ਕੀੜੇ ਮਾਰ ਦਵਾਈ ਕਰੀ। ਕਿਉਂ ਖਾਧੀ ਇਹ ਪਤਾ ਲੱਗਿਆ ਜੀ ਤੁਹਾਨੂੰ? ਇਹਨੂੰ ਦੱਸਿਆ ਵੀ ਪਰੇਸ਼ਾਨੀ ਸੀਗਾ, ਵੀ ਕਾਫੀ ਦੂਰ ਪਰੇਸ਼ਾਨੀ 'ਚ ਰਹਿੰਦਾ ਸੀ, ਵੀ ਅਪਸੈਟ 'ਚ ਸੀ, ਉਹਦੇ ਕਰਕੇ ਉਹਨੇ ਦਵਾਈ। ਪਰੇਸ਼ਾਨੀ ਕਿਸ ਤਰ੍ਹਾਂ ਦੀ ਕੁਛ ਤੁਸੀਂ ਦੱਸ ਰਹੇ? ਲੈਣ ਦੇਣ ਹੋਣਾ ਕਿਸੇ ਦਾ, ਪੈਸਿਆਂ ਦਾ ਲੈਣ ਦੇਣ ਹੋਣਾ ਕਿਸੇ ਨਾਲੋਂ। ਅਤੇ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜੀ ਦਿੰਦਰ ਹਸਪਤਾਲ ਜ਼ਿਲ੍ਹੇ ਲਾਏ ਰਿਹਾ ਅਤੇ ਅੱਜ ਉਹਦੀ ਸਵੇਰੇ ਤੜਕੇ ਮੌਤ ਹੋ ਗਈ ਹੈ। ਮੌਤ ਹੋਣ ਤੋਂ ਬਾਅਦ ਅਸੀਂ ਉਹਦੇ ਭਰਾ ਦਾ ਬਿਆਨ ਲਿਖ ਕੇ ਅਤੇ ਸਹੁਰੇ ਤੋਂ ਤਾਇਦ ਕਰਾਇਆ, ਉਹ ਡਾਕਟਰ ਸਾਹਿਬ ਪੋਸਟਮਾਰਟਮ ਕਰਾ ਕੇ ਅਤੇ ਲਾਸ਼ ਉਹਨਾਂ ਦੇ ਹਵਾਲੇ ਕਰਤੀ।